ਹਾਂਜੀ ਪਿਆਰੀ ਸਾਧ ਸੰਗਤ ਜੀ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਦੇ ਵਲੋਗ ਦੇ ਵਿੱਚ ਦਰਸ਼ਨ ਕਰਦੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ। ਪਿਆਰੀ ਸਾਧ ਸੰਗਤ ਜੀ, ਇਸ ਅਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਏ ਸਨ ਅਤੇ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ ਸੀ। ਇੱਥੇ ਸਾਈਂ ਦਾਸ ਜੀ ਦਾ ਇਸ ਅਸਥਾਨ 'ਤੇ, ਜਿਸ ਅਸਥਾਨ ਹੁਣ ਗੁਰਦੁਆਰਾ ਸੁਸ਼ੋਭਿਤ ਹੈ, ਇਸ ਅਸਥਾਨ 'ਤੇ ਸਾਈਂ ਦਾਸ ਜੀ ਦਾ ਘਰ ਸੁਸ਼ੋਭਿਤ ਸੀ, ਜੋ ਕਿ ਸਾਈਂ ਦਾਸ ਜੀ ਦੇ ਸੱਦੇ 'ਤੇ ਗੁਰੂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਸ ਅਸਥਾਨ 'ਤੇ ਆਪਣੇ ਚਰਨ ਪਾ ਕੇ ਇਸ ਅਸਥਾਨ ਨੂੰ ਪਵਿੱਤਰ ਕੀਤਾ, ਜੋ ਕਿ ਰਿਸ਼ਤੇ ਵਿੱਚ ਸਾਈਂ ਦਾਸ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਧੂ ਲੱਗਦੇ ਸਨ। ਅਤੇ ਪਿਆਰੀ ਸਤਸੰਗਤ ਜੀ, ਇਹ ਤੁਸੀਂ ਕਰੋ ਦਰਸ਼ਨ, ਜੋ ਵੀ ਤੁਸੀਂ ਦੇਖਦੇ ਹੋ ਪੁਰਾਣੀਆਂ ਇੱਟਾਂ ਦੀ ਚਿਣਵਾਈ ਕੀਤੀ ਹੋਈ ਹੈ। ਅਤੇ ਇਸ ਅਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਦੋਂ ਆਏ ਜਦ ਸਾਈਂ ਦਾਸ ਜੀ ਨੇ ਆਪਣੇ ਨਵੇਂ ਘਰ ਦੀ ਉਸਾਰੀ ਕੀਤੀ ਸੀ ਅਤੇ ਆਪਣੇ ਮਨ ਦੇ ਵਿੱਚ ਵਿਕਲਪ ਲਿਆ ਕਿ ਗੁਰੂ ਸਾਹਿਬ ਜੀ ਦੇ ਨਵੇਂ ਘਰ ਦੇ ਵਿੱਚ ਚਰਨ ਪੈਣੇ ਹੀ ਜ਼ਰੂਰੀ ਹਨ ਅਤੇ ਫਿਰ ਹੀ ਅਸੀਂ ਇਸ ਵਿੱਚ ਘਰ ਦੇ ਵਿੱਚ ਬਿਰਾਜਮਾਨ ਹੋਵਾਂਗੇ। ਅਤੇ ਗੁਰੂ ਸਾਹਿਬ ਜੀ ਨੂੰ ਚਿੱਠੀ ਲਿਖੀ ਅਤੇ ਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਤੋਂ ਆਪਣੇ ਪਰਿਵਾਰ ਸਮੇਤ ਅਤੇ 300 ਸਿੰਘਾਂ ਦੇ ਜਥੇ ਨਾਲ ਇਸ ਅਸਥਾਨ 'ਤੇ ਪਹੁੰਚੇ ਅਤੇ ਇਸ ਅਸਥਾਨ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕੀਤਾ। ਸੰਗਤ ਜੀ, ਇਹ ਜੋ ਅਸਤੀਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਪਹਿਲਾਂ ਛੱਤ ਦੇ ਵਿੱਚ ਪਾਇਆ ਹੋਇਆ ਸੀ ਅਤੇ ਇਸ ਅਸਥਾਨ 'ਤੇ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਭੁਚੰਗੀ ਬਾਬਾ ਗੁਰਦਿੱਤਾ ਸਾਹਿਬ ਜੀ ਦਾ ਜਨਮ ਹੋਇਆ, ਮਾਤਾ ਦਮੋਦਰੀ ਜੀ ਦੀ ਕੁੱਖੋਂ। ਪਿਆਰੀ ਸਾਧ ਸੰਗਤ ਜੀ, ਇਸ ਅਸਥਾਨ 'ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਈ ਦਿਨਾਂ ਤੱਕ ਰੁਕੇ ਸਨ। ਪਿਆਰੀ ਸਾਧ ਸੰਗਤ ਜੀ, ਕਰੋ ਦਰਸ਼ਨ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਜੋ ਕਿ ਇਸ ਅਸਥਾਨ ਦੇ ਸੰਗਤ ਦਰਸ਼ਨ ਕਰ ਸਕੇ। ਪਿਆਰੀ ਸਾਧ ਸੰਗਤ ਜੀ, ਇਹ ਪਿੰਡ ਡਰੋਲੀ ਭਾਈ ਜ਼ਿਲ੍ਹਾ ਮੋਗਾ ਦੇ ਵਿੱਚ ਸਥਿਤ ਹੈ। ਸਤਸੰਗ ਜੀ, ਕਰੋ ਦਰਸ਼ਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।